ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਵਿਰਸਾ ਲਾਈਵ ਟੀਵੀ। ਕੱਲ ਸ਼ਿਵ ਸੈਨਾ ਦਾ 53ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ। ਇਸ ਤੇ ਸ਼ਿਵ ਸੈਨਾ ਦਾ ਕਹਿਣਾ ਹੈ ਕਿ ਅਗਲੀ ਵਾਰ ਜਦ ਵੀ ਸਥਾਪਨਾ ਦਿਵਸ ਮਨਾਇਆ ਜਾਵੇਗਾ ਤਾਂ ਰਾਜ ਵਿੱਚ ਉਹਨਾਂ ਦੀ ਹੀ ਪਾਰਟੀ ਦਾ ਮੁੱਖ ਮੰਤਰੀ ਹੋਵੇਗਾ। ਇਸ ਦਾ ਜਵਾਬ ਬੀਜੇਪੀ ਨੇ ਵੀ ਦਿੱਤਾ ਹੈ। ਲੱਗਦਾ ਹੈ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਇੱਕ ਵਾਰ ਫਿਰ ਮੁੱਖ ਮੰਤਰੀ ਦਾ ਪਦ ਸੰਭਾਲਣ ਨੂੰ ਲੈ ਕੇ ਜ਼ਿੱਦ ਤੇ ਅੜ ਗਈ ਹੈ। ਇਸ ਦੌਰਾਨ ਸ਼ਿਵ ਸੈਨਾ ਨੇ ਕਿਹਾ ਹੈ ਕਿ ਬੀਜੇਪੀ ਨਾਲ ਗਠਬੰਧਨ ਜ਼ਰੂਰ ਹੈ, ਪਰ ਸ਼ਿਵ ਸੈਨਾ ਤੇਵਰ ਵਾਲਾ ਸੰਗਠਨ ਹੈ ਤੇ ਆਉਣ ਵਾਲੀ ਸ਼ਿਵ ਸੈਨਾ ਦੇ 54ਵੇਂ ਸਥਾਪਨਾ ਦਿਵਸ ਵਿੱਚ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੀ ਵਿਰਾਜਮਾਨ ਹੋਵੇਗਾ। ਚਲੋ ਇਹ ਸੰਕਲਪ ਲੈ ਕੇ ਕੰਮ ਸ਼ੁਰੂ ਕਰਦੇ ਹਾਂ। ਜੇਕਰ ਮਹਾਰਾਸ਼ਟਰ ਦੀ ਸੀਐਮ ਦੀ ਕੁਰਸੀ ਤੇ ਸ਼ਿਵ ਸੈਨਾ ਦੀ ਨਜ਼ਰ ਹੈ ਤਾਂ ਬੀਜੇਪੀ ਦੇ ਤੇਵਰ ਵੀ ਕੁਝ ਘੱਟ ਨਹੀਂ ਹਨ। ਬੀਜੇਪੀ ਦੇ ਨੇਤਾ ਸੁਧੀਰ ਮੰਗਟਵਾਰ ਦਾ ਕਹਿਣਾ ਹੈ ਕਿ ਦੱਸ ਦਈਏ ਕਿ ਲੋਕ ਸਭਾ ਚੁਣਾਵਾਂ ਤੋਂ ਪਹਿਲਾਂ ਬੀਜੇਪੀ ਤੇ ਸ਼ਿਵ ਸੈਨਾ ਵਿੱਚ ਕਾਫੀ ਖਟਪਟ ਹੋਈ ਸੀ, ਪਰ ਆਖਿਰ ਵਿੱਚ ਦੋਹਾਂ ਪਾਰਟੀਆਂ ਵਿੱਚ ਗਠਬੰਧਨ ਹੋ ਗਿਆ ਸੀ। ਹੁਣ ਵੇਖਣਾ ਇਹ ਰਹੇਗਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਦੌਰਾਨ ਕੌਣ ਕਿਸ ਤੇ ਭਾਰੀ ਪੈਂਦਾ ਹੈ ਤੇ ਕੌਣ ਸੱਤਾ ਦੀ ਕੁਰਸੀ ਤੇ ਬੈਠਦਾ ਹੈ। ਦਿਨ ਭਰ ਦੀਆਂ ਹੋਰ ਖਬਰਾਂ ਲਈ ਦੇਖਦੇ ਰਹੋ ਵਿਰਸਾ ਲਾਈਵ ਟੀਵੀ।